अज जी चक्कोवाल शेखां पिंड है जी, ये जिहड़ा कि लाचोवाल कोल आ हड़गढ़ हुशियारपुर तो कोई 10 किलोमीटर दूर। ये मतलब कुल मुसलमान शेख जिहड़े आ उन्हां दा पिंड सी। ये बजुर्ग ने जिन्हां ने वेले वेखे ने। तो बाबा जी दस्सो कि जिस जगह ते तुसीं मैनूं लै के आए आ इहदा नाम की आ? इहदा नाम पीर बहावल हक। अच्छा जी, पीर बहावल हक जी। हाँ जी। ते ए कोई बड़े पीर सिगे? बहुत बड़े पीर सिगे। ए कदों आए इत्थे तुहाडे पिंड च, कुछ पता? ए कोई राजे अकबर दा जदे राज सी उस वेले दे आए इत्थे आए सी, दस्सदे आ। हाँ जी। ए मतलब उन्हें आदमी तो ले सी मुल्तान शहर दे विच। अच्छा, मुल्तान शहर तो हो। ठीक है जी। फिर इत्थे आए, फिर सत्त पिंड इहनूं मिले सिगे। सत्त पिंडां दी इहनूं जागीर मिली? जागीर मिली। ए किहड़े किहड़े पिंडां दी? एक तां शेखां दी कोटली, कोटली शेखा, हंबड़ा कलोए, हंबड़ा कलोए, चकवाल शेखा, चकवाल शेखा, इसी पिंड दी। हाँ जी। हाँ जी। ते होर पिंड सिगे मैनु कोई पक्के याद नहीं आउंदे। हाँ, मतलब सत्ता पिंडा दी जमीन इन्हू दित्ती? हाँ जी। जा मिली? हाँ जी। मेन इन्हां दा हेडक्वार्टर चकवाल शेखा सी। हाँ जी। ते आओ देखदे आं जी जगह। हाँ जी। ते तुसीं इह दस्सो कि जदों तुसीं बचपन च सिगे किन्नियां ग्राउंडां हुंदियां सी इत्थे? ਵਧੀਆ ਨਕਲੀਆ ਸੀ। ਤੂੰ ਦੱਸ ਸਕਦੇ ਆ ਕਿੱਥੇ ਨਕਲਾਂ ਹੁੰਦੀਆਂ ਸੀ? ਮਲਾਇਆ ਜਿਹੜੀ ਆ ਜਿਹੜੀ ਜਗ੍ਹਾ ਆ, ਇਹ ਜਗ੍ਹਾ ਕਿਹਨਾਂ ਦੀ ਸੀਗੀ ਜੀ? ਇਹ ਜਗ੍ਹਾ ਪੀਰਾਂ ਦੀ ਸੀ, ਬਹੁਤ ਸੀਗੀ, ਇਹ ਬਹੁਤ ਭਾਰੀ। ਨਹੀਂ, ਹੁਣ ਵੀ ਇਹ ਜਗ੍ਹਾ ਪੀਰਾਂ ਦੀ, ਮਤਲਬ ਇਹ ਹੁਣ ਤਾਂ ਕਿਸੇ ਨੂੰ ਅਲਾਟ ਹੋ ਗਈ ਲੱਗਦੀ? ਇਹ ਬੱਕਰ ਬੋਰਡ ਦਾ ਕਾਲਜਾ ਹੋ ਗਿਆ। ਬੱਕਰ ਬੋਰਡ ਦੀ? ਅੱਛਾ ਅੱਛਾ। ਬੱਕਰ ਬੋਰਡ ਨੇ ਹੁਣ ਇਹ ਮਾਮਲੇ ਚੜ੍ਹਾਤੀ ਹੋਈ, ਮਾਮਲੇ ਚੜ੍ਹਾਤੀ ਆ। ਮਤਲਬ ਤੁਸੀਂ ਕਹਿਣਾ ਇਹ ਚਾਹੁੰਦੇ ਆ ਵੀ ਜਿਹੜੀ ਆਹ ਜਗ੍ਹਾ ਆ, ਇੱਥੇ ਸਾਰੇ ਦਰਸ਼ਕ ਬਹਿੰਦੇ ਹੁੰਦੇ ਸੀਗੇ, ਇੱਥੇ ਨਕਲਾਂ ਹੁੰਦੀਆਂ ਸੀ? ਇੱਥੇ ਕੰਜਰੀ, ਕੰਜਰੀ ਕੋਈ ਮਸ਼ਹੂਰ ਚੇਤੇ ਨਾ? ਸਿੱਧਾਂ ਕੰਜਰੀ ਹੁੰਦੀ ਸੀ। ਸਿੱਧਾਂ? ਸਿੱਧਾਂ ਹੁਸ਼ਿਆਰਪੁਰ ਦੀ। ਹੁਸ਼ਿਆਰਪੁਰ ਦੀ। ਉਹਨੇ ਕੀ ਕਰਦੀ ਸੀ ਉਹਦਾ ਮਾੜਾ ਦੱਸੋ? ਮੁਜਰਾ ਕਰਦੀ, ਨੱਚਦੀ, ਮੁਜਰਾ ਨੱਚਦੀ ਸੀ। ਸਾਰੇ ਬੰਦੇ ਮੋਹਰੇ ਬਹਿੰਦੇ ਹੁੰਦੇ ਸੀ? ਹਾਂਜੀ। ਮੇਨ ਬੰਦੇ ਜਿਹੜੇ ਤੁਹਾਡੇ ਕਿਹੜੇ ਕਿਹੜੇ ਸੀ ਇਸ ਪਿੰਡ ਦੇ ਜਿਹੜੇ ਮੋਹਰੇ ਬਹਿੰਦੇ ਸੀਗੇ? ਉਸ ਵੇਲੇ ਲੰਬੜ ਸੀਗਾ, ਉਹਦੇ ਲੰਬੜ ਦੇ ਮੁੰਡੇ ਸੀ ਬਸ਼ੀਰ। ਲੰਬੜ ਦਾ ਕੀ ਨਾਂ ਸੀ? ਬਾਬੂ ਸਰ। ਬਾਬੂ, ਬਾਬੂ, ਬਾਬੂ ਸ਼ਾਹ। ਬਾਬੂ ਸ਼ਾਹ ਦੇ ਮੁੰਡੇ ਹੁੰਦੇ ਸੀਗੇ? ਤੇ ਫਿਰ ਹੋਰ ਮਤਲਬ ਸਿੱਖ ਜਾਂ ਹਿੰਦੂ ਵੀ ਆਉਂਦੇ ਹੁੰਦੇ ਸੀ ਦੇਖਣ? ਆਉਂਦੇ। ਸਾਰਿਆਂ ਨੇ ਆ ਕੇ ਬਹਿਣਾ? ਹਾਂਜੀ। ਉਹ ਰੁਪਈਏ ਦਿੰਦੇ ਹੁੰਦੇ ਸੀ ਉਹਨਾਂ ਨੂੰ? ਹਾਂਜੀ ਹਾਂਜੀ। ਵਾਹ ਜੀ ਵਾਹ। ਮਤਲਬ ਕਿੰਨੀ ਕਦੋਂ ਗਰਾਊਂਡ ਖੁੰਦੀ ਸੀ, ਕੋਈ ਖਾਸ ਦਿਨ ਹੁੰਦਾ ਸੀ? ਹਾੜ ਦੇ ਪੰਜਾਂ ਦੇ ਤੁਰ ਕੇ ਹਾੜ ਦੇ ਸੱਤਾਂ ਤੋੜੀ ਮੇਲਾ ਹੁੰਦਾ, 5-6-7। ਮਤਲਬ 3 ਦਿਨ ਇਹ ਮੇਲਾ ਭਰਨਾ, ਦੂਰ ਦੂਰ ਤੋਂ ਲੋਕ ਆਉਣੇ। ਫਿਰ ਤਾਂ ਮੈਨੂੰ ਲੱਗਦਾ ਇਹਨਾਂ ਇੱਥੇ ਦੁਕਾਨਾਂ ਵੀ ਹੁੰਦੀਆਂ ਨੇ, ਬਣਦੀਆਂ ਹੋਣਗੀਆਂ? ਦੁਕਾਨਾਂ ਸਾਰੇ ਹੁੰਦੇ, ਦੁਕਾਨਾਂ ਹੁੰਦੀਆਂ ਸੀ। ਅੱਛਾ, ਦੁਕਾਨਾਂ ਹੀ ਸੀਗੀਆਂ। ਉੱਥੇ ਹੁੰਦਾ ਸੀ ਮਕਾਨ, ਉੱਥੇ ਫਿਰ ਦੂਰ ਲੱਗਣੇ ਉੱਥੇ। ਮਕਾਨ ਕਿਹਦਾ ਸੀਗਾ ਉਹ? ਇਹਨਾਂ ਦਾ ਸੀ ਜਿਹੜੇ ਸਾਈਂ ਉੱਥੇ ਰਹਿੰਦਾ ਸੀ, ਨੱਥੂ ਸ਼ਾਹ। ਨੱਥੂ ਸ਼ਾਹ ਦਾ? ਅੱਛਾ। ਇੱਥੇ ਸਾਰੇ ਅੰਬ ਸੀਗੇ ਜੀ? ਆਹ ਖੂਹ ਸੀਗਾ ਜੀ, ਉਹ ਖੂਹ ਸੀ ਮੇਨ ਇਸ ਜਗ੍ਹਾ ਦਾ। ਹਾਂਜੀ। ਵਾਹ ਜੀ ਵਾਹ। ਚਲੋ ਆ ਜਾਓ ਜੀ, ਆਪਾਂ ਹੋਰ ਅੱਗੇ ਜਗ੍ਹਾ ਦੇਖਦੇ ਹਾਂ। ਐਡੀ ਪੁਰਾਣੀ ਜਗ੍ਹਾ, ਪੁਰਾਣਾ ਕਲਚਰ, ਜਿਹਦੇ ਚਸ਼ਮੇਦੀਦ ਗਵਾਹ ਗਰੀਬ, ਤੁਹਾਡਾ ਕੀ ਨਾਂ ਜੀ? ਗਰੀਬ ਗਰੀਬਦਾਸ, ਗਰੀਬਦਾਸ ਜੀ, ਜਿਹੜੇ ਕਿ ਇਸ ਪਿੰਡ ਦੇ ਵਸਨੀਕ ਆ, ਜਿਨ੍ਹਾਂ ਨੇ ਉਹ ਮੇਲਿਆਂ ਵਸਾਵਿਆਂ ਵਾਲੇ ਦਿਨ ਦੇਖੇ ਆ। ਅਤੇ ਹੁਣ ਇਸ ਜਗ੍ਹਾ ਨੂੰ ਕੌਣ ਦੇਖਦਾ ਜੀ? ਤੁਸੀਂ ਕਰਦੇ ਆ ਇਹਦਾ ਮਤਲਬ ਉਸ ਵਿਰਾਸਤ ਨੂੰ ਤੁਸੀਂ ਸਾਂਭਿਆ ਜੀ ਹੁਣ। ਇਹ ਤੁਸੀਂ ਮਾੜਾ ਜਿਹਾ ਦੱਸ ਸਕਦੇ ਆ ਆਪਾਂ, ਜੇ ਮਾੜਾ ਜਿਹਾ ਇੱਥੇ ਦੇਖੀਏ ਇਹ ਆਹ ਕਬਰਾਂ ਬਾਰੇ, ਤੁਹਾਨੂੰ ਪਤਾ ਜੀ ਕਿਹਨਾਂ ਦੀ ਕਬਰ ਹੈ? ਉੱਤੇ ਲਿਖਿਆ ਹੈਗਾ ਜੀ ਅਰਬੀ ਦੇ ਵਿੱਚ। ਅੱਛਾ, ਉਰਦੂ 'ਚ ਲਿਖਿਆ ਹੋਣਾ। ਚਲੋ ਆਪਾਂ ਨੂੰ ਜਿਹੜਾ ਜਿਹੜਾ ਲਿਖਿਆ ਆ ਉਹਨੂੰ ਆਪਾਂ, ਇਹ ਦੌਲੀ ਦੀ ਕਬਰ ਸੀਗੀ ਜੀ। ਦੌਲੀ? ਅੱਛਾ ਜੀ, ਆਹ ਪੁਰਾਣੀ ਲੱਗੀ ਹੋਆ ਜੀ ਇਹ? ਪੁਰਾਣੀ ਲੱਗੀ। ਚਲੋ ਜਿਹੜੇ ਮੇਰੇ ਦੋਸਤ ਭਾਈਵੰਦ ਇਸ ਲਿਖਤ ਨੂੰ ਪੜ੍ਹ ਸਕਦੇ ਆ, ਜ਼ਰੂਰ ਪੜ੍ਹਨਗੇ। ਇਹ ਫਾਰਸੀ ਦੇ ਵਿੱਚ ਲਿਖਿਆ ਗਿਆ ਜੀ। ਮੈਨੂੰ ਉਮੀਦ ਆ ਕਿ ਜੇ ਇਹਨੂੰ ਕੋਈ ਪਾਕਿਸਤਾਨ ਦੇ ਵਿੱਚ ਦੇਖਣਗੇ ਜਿਹੜੇ ਸਾਡੇ ਦੋਸਤ, ਤਾਂ ਹੋ ਸਕਦਾ ਇਸ ਪਿੰਡ ਦੇ ਵਿੱਚ, ਕਿਉਂਕਿ ਇਸ ਪਿੰਡ ਦੇ ਬੰਦੇ ਜਿਹੜੇ ਆ ਉਹ ਦੂਰ ਦੂਰ ਤੱਕ ਗਏ ਹੋਣਗੇ। ਹਾਂ, ਜਿਉਂਦੇ ਹੋਣਗੇ ਜੀ, ਇਹ ਉਮੀਦ ਰੱਖਦੇ ਹਾਂ ਅਸੀਂ। ਕਿਰਪਾ ਕਰਕੇ ਇਹਨੂੰ ਪੜ੍ਹ ਕੇ,
ਪੁੱਤ ਉੱਪਰ ਨਹੀਂ ਬੈਠੇ ਚੜੀ ਦਾ ਹੁੰਦਾ ਪੁੱਤ। ਅੱਛਾ ਜੀ, ਮਤਲਬ ਤੁਸੀਂ ਤੁਸੀਂ ਆਪਣੇ ਬਚਪਨ ਤੋਂ ਕੀ ਸੁਣਿਆ ਜਾਂ ਕੀ ਉਦੋਂ ਵੀ ਕਬਰਾਂ ਹੁੰਦੀਆਂ ਸੀ? ਅੱਛਾ, ਇਹ ਕਬਰਾਂ ਦੀ ਜ਼ਮੀਨ ਆ, ਇਹ ਉੱਥੇ ਮਤਲਬ ਕਹਿ ਲਓ ਜੀ ਕਿ ਉਹਨਾਂ ਦੀਆਂ ਕਬਰਾਂ ਸੀਗੀਆਂ। ਠੀਕ 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 ਠੀਕ। ਮਤਲਬ ਆਹ ਤਲਵੰਡੀ ਗੋਨੀ ਤੋਂ ਕੌਣ ਆਏ ਸੀ? ਅੱਛਾ ਜੀ ਜੀ ਜੀ, ਉਹ ਆ ਧਰਮੀ ਬਰਾਦਰੀ ਚੋਂ ਸੀ। ਇਹ ਤਲਵੰਡੀ ਗੋਨੀ ਕਿਉਂ ਲਿਖਿਆ ਜੀ ਉੱਤੇ? ਅੱਛਾ, ਤਲਵੰਡੀ ਗੋਨੀ ਵਾਲਿਆਂ ਦਾ। ਅੱਛਾ, ਖੋਲਾ ਕਿੰਗਰਾ ਜਲੰਧਰ ਚ, ਉੱਥੇ ਚੰਗੀ ਮਾਨਤਾ ਉਹਦੀ, ਤੁਹਾਡੇ ਪਿੰਡ ਦੇ ਸੀਗੇ ਉਹ? ਬੜੀ ਵੱਡੀ ਗੱਲ ਹੈ, ਬਹੁਤ ਵੱਡਾ ਰਾਜਾ ਬਣਿਆ। ਔਰ ਤੁਹਾਡੀ ਬਰਾਦਰੀ ਚੋਂ ਸੀਗੇ? ਸਾਡੀ ਬਰਾਦਰੀ। ਤੁਹਾਡੀ ਗੋਤ ਕਿਹੜੀ ਆ? ਸਾਡਾ ਗੋਤ ਤਾਂ ਰਾਜੂ ਆ। ਉਹਨਾਂ ਉਹ ਵੀ ਰਾਜੂ ਸੀ? ਉਹਨਾਂ ਟੰਡੇ ਸੀ। ਟੰਡੇ? ਅੱਛਾ, ਟਾਂਡਾ। ਉਹ ਲੈਲੀ ਵੀ ਹੈਗੇ ਆ, ਕਾਫੀ ਪਿੰਡਾਂ 'ਚ ਹੈਗੇ। ਆਓ ਜੀ ਮਾੜਾ ਦੇਖੀਏ ਜਗ੍ਹਾ ਨੂੰ। ਤੁਸੀਂ ਮਾੜਾ ਜਿਹਾ ਹੁਣ ਇਸ ਜਗ੍ਹਾ ਦੇ ਮੂਹਰੇ ਖੜ੍ਹ ਕੇ ਆਪਾਂ ਉਹਨਾਂ ਵੇਲਿਆਂ ਦੀ ਗੱਲ ਕਰਨੀ ਆ ਕਿ ਤੁਹਾਡੇ ਪਿੰਡ ਦੇ ਜਿਹੜੇ ਤੁਹਾਡੇ ਖਾਸ ਤੌਰ 'ਤੇ ਤੁਹਾਡੇ ਨਾਲ ਦੇ ਸੀਗੇ, ਉਹਨਾਂ ਬਾਰੇ ਵੀ ਦੱਸੋ। ਤੁਹਾਡੇ ਸਾਥੀ ਕਿਹੜੇ ਕਿਹੜੇ ਸੀਗੇ ਜਾਂ ਤੁਹਾਡੇ ਹਾਣੀ ਕਿਹੜੇ ਕਿਹੜੇ ਸੀਗੇ? ਤੁਸੀਂ ਮਾੜਾ ਜਿਹਾ ਪਲੀਜ਼ ਸਿੱਧ ਦੇਖਿਓ। ਹਾਂ, ਕਿਹੜੇ ਕਿਹੜੇ ਸੀ ਤੁਹਾਡੇ ਖਾਸ ਬੰਦੇ ਜਿਹੜੇ? ਲਓ ਜੀ, ਕੋਈ 500 ਸਾਲ ਪੁਰਾਣੀ ਜਗ੍ਹਾ, ਚੱਕੋਵਾਲ ਸ਼ੇਖਾਂ 'ਤੇ ਲਿਖਿਆ ਜੀ, ਗੇਟ ਦੀ ਸੇਵਾ ਕੀਤੀ ਹਕੀਮ ਭਗਤ ਰਾਮ, ਜਿਹੜੇ ਹਰਗੜ੍ਹ 'ਤੇ ਆ। ਆਪਾਂ ਪਹਿਲਾਂ ਇਸ ਨੂੰ ਦੇਖ ਲਈਏ ਜੀ। ਹਾਂਜੀ, ਕਿਉਂਕਿ ਇੱਕ, ਹਾਂਜੀ ਹੁਣ ਦੱਸੋ ਜੀ, ਇਹ ਵਾਹ ਜੀ ਵਾਹ, ਇਹ ਤੁਸੀਂ ਬਜ਼ੁਰਗੋ ਕੀ ਸੁਣਦੇ ਆਏ ਆ ਇਸ ਜਗ੍ਹਾ ਬਾਰੇ ਕਿ 5000 ਸਾਲ ਪੁਰਾਣੀ ਜਗ੍ਹਾ ਹੈ, 500 ਸਾਲ ਪੁਰਾਣੀ? ਮਤਲਬ ਇਹਦੀ ਗਾਂ ਤੋਂ ਗਾਂ ਤੋਂ ਗਾਂ ਮਾਨਤਾ ਹੁੰਦੀ ਗਈ, ਅਤੇ ਉਸੇ ਬੰਦੇ ਦੀ ਔਲਾਦ ਗਾਂ 7 ਪਿੰਡਾਂ 'ਚ ਬੈਠੀ, ਗਾਂ ਤੋਂ ਗਾਂ ਜੀ, ਸਾਰੇ ਸ਼ੇਖ ਸੀਗੇ। ਠੀਕ ਹੈ ਜੀ, ਠੀਕ ਹੈ। ਚਲੋ ਜੀ, ਬਹੁਤ ਬਿਨਾਂ ਸ਼ੱਕ ਕਈ ਇਸ ਜਗ੍ਹਾ ਨੂੰ ਸਜਦਾ ਕਰਨ ਲਈ ਤੜਫਦੇ ਮਰ ਗਏ ਹੋਣੇ ਆ ਪਾਕਿਸਤਾਨ ਜਾ ਕੇ। ਹਾਂਜੀ, ਅਸੀਂ ਮਹਿਸੂਸ ਕਰ ਸਕਦੇ ਹਾਂ ਵੀ ਜਿਹਨਾਂ ਦੇ ਧਰਮ ਸਥਾਨ ਛੁੱਟ ਗਏ ਅਤੇ ਉਹ ਪਹਿਲਾਂ ਜਗ੍ਹਾ ਹੈ ਨਹੀਂ ਜਿੱਥੇ ਕੋਈ ਵੀ ਜੀ। ਅੱਛਾ ਜੀ, ਕਬਰੇ ਹੁੰਦੀ ਸੀ, ਕਬਰ ਸੀਗੀ, ਇਹ ਬਾਅਦ ਦੇ ਵਿੱਚ ਇਹਨੂੰ ਤਿਆਰ ਕੀਤਾ ਗਿਆ, ਸਾਡੇ ਹੱਥਾਂ ਨਾਲ ਬਣੀ ਜੀ, ਬਣੀ ਆ। ਚਲੋ ਬਜ਼ੁਰਗੋ, ਹੁਣ ਦੱਸੋ ਕੁਝ ਗੱਲਾਂ ਆਪਾਂ ਹੋਰ ਕਰੀਏ, ਤੁਹਾਡੇ ਹਾਣੀ ਕਿਹੜੇ ਕਿਹੜੇ ਸੀਗੇ ਚੱਕੋਵਾਲ ਸ਼ੇਖਾਂ 'ਚ ਮੁਸਲਮਾਨ? ਸਾਡਾ ਜ਼ਿਆਦਾ ਲਿੰਕ ਹੈ ਬਾਬੂ ਰਾਮ, ਬਾਬੂ ਸਾਹਿਬ ਹੁੰਦਾ ਸੀਗਾ ਜੀ, ਉਹਨਾਂ ਦਾ ਕੰਮ ਕਾਰ ਸਾਡੇ ਬਜ਼ੁਰਗ ਕਰਦੇ ਸੀ। ਤੁਸੀਂ ਜਾਣੀ ਜੱਦੀ ਪੁਸ਼ਤੀ ਉਹਨਾਂ ਨਾਲ ਜੁੜੇ ਹੋ ਸੀਗੇ? ਹਾਂਜੀ, ਅਤੇ ਉਹਦਾ ਮੁੰਡਾ ਫੀਰਾ ਹੁੰਦਾ ਸੀ, ਉਹ ਮੇਰਾ ਬੜਾ ਯਾਦ ਦੋਸਤ ਸੀ। ਫੀਰਾ? ਫੀਰਾ, ਹਾਂਜੀ, ਠੀਕ। ਹੋਰ ਹੋਊਗਾ ਜੀ? ਹੋਊਗਾ 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 ਹੋਊਗਾ। ਅਤੇ ਉਹਦਾ ਇੱਕ ਤਾਇਆ ਸੀਗਾ, ਉਹਦਾ ਨਾਂ ਸੀ ਬੂਟਾ। ਅੱਛਾ, ਹਾਂਜੀ, ਬੂਟੇ, ਬੂਟਾ ਸ਼ਾਹ, ਬੂਟਾ ਸ਼ਾਹ। ਅਤੇ ਇੱਕ ਮੁਹੰਮਦ ਨਮਾਜ਼ ਸੀ ਜੀ, ਚਾਚਾ ਸੀਗਾ, ਠੀਕ, ਮੁੰਡਾ ਉਹਦਾ ਸੀਗਾ। ਇੱਕ ਦੋ ਮੁੰਡੇ ਉਹਦੇ ਸੀ, ਉਹਦਾ ਨਾਂ ਸੀਗਾ ਮੁਹੰਮਦ ਸ਼ਾਹ ਜੀ। ਇੱਕ ਸੀਗਾ ਬੜਾ ਮੁੰਡਾ, ਜਿਹੜਾ ਉਹਦਾ ਨਾਂ ਭੁੱਲ ਗਿਆ ਮੈਨੂੰ। ਠੀਕ, ਇਹ ਜ਼ਮੀਨ ਵਾਲੇ ਬੰਦੇ, ਤਕੜੇ ਜ਼ਮੀਨ ਵਾਲੇ ਸੀ? ਤਕੜੇ ਜ਼ਮੀਨ ਵਾਲੇ। ਸਭ ਤੋਂ ਜ਼ਿਆਦਾ ਜ਼ਮੀਨ ਕਿਹੜੀ ਸੀਗੀ? ਸਭ ਤੋਂ ਜ਼ਿਆਦਾ ਦਿੱਤੇ ਦੀ ਜ਼ਮੀਨ ਸੀ ਆ ਜਿਹੜੀ ਦੌਲੀ ਦੀ, ਜਿਹੜੀ ਕਬਰ ਆ। ਇਹ ਦਿੱਤਾ ਉਹ ਬੰਦਾ ਆ ਜਿਹਦੀ ਕਬਰ ਆ? ਸਭ ਤੋਂ ਵੱਡਾ ਜ਼ਿਮੀਂਦਾਰ ਇਹ ਸੀ, ਦਿੱਤੇ ਦੀ ਭੈਣ ਦੀ ਕਬਰ ਆ। ਅਤੇ ਉਹ ਇਹਦਾ ਜਿਹੜਾ ਦੌਲੀ ਦਾ ਆਦਮੀ ਸੀਗਾ, ਉਹ ਮੁਲਤਾਨ ਸ਼ਹਿਰ ਦੇ ਵਿੱਚ ਟੇਲਰ ਮਾਸਟਰ, ਟੇਲਰ ਮਾਸਟਰ, ਮਤਲਬ ਸ਼ੇਖ ਇਹ ਵੀ ਕੰਮ ਕਰ ਲੈਂਦੇ ਸੀ, ਨੌਕਰੀ ਬਹੁਤ ਕਰ ਲਈ। ਠੀਕ ਠੀਕ, ਪੁਲਿਸ ਦੇ ਵਿੱਚ ਵੀ ਨੌਕਰੀ ਕਰਦੇ। ਪੁਲਿਸ 'ਚ ਨੌਕਰੀ ਕਰਨ ਵਾਲੇ ਉਦੋਂ ਕੌਣ ਕੌਣ ਸੀਗੇ? ਤੁਸੀਂ ਦੱਸਿਆ ਸੀ ਕੋਟੇ ਦੇ ਵਿੱਚ ਵੀ ਸੀਗੇ ਠੇਕੇਦਾਰ, ਕੋਟੇ ਦੇ ਵਿੱਚ ਉਹ ਕੌਣ ਸੀਗੇ? ਉਹਦੇ ਨਾਲ ਝੰਡੇ ਸ਼ਾਹ ਸੀ ਨਾਲ ਜੀ। ਜੀ, ਇਹ ਪਿੰਡ ਬਾਰੇ ਮੈਨੂੰ ਇਹ ਦੱਸੋ ਵੀ ਇੱਥੇ ਪਿੰਡ ਦੇ ਵਿੱਚ ਮੈਂ ਸੁਣਿਆ ਆ ਕਿ ਅੰਬ ਬੜੇ ਸੀਗੇ। ਅੰਬ ਬਹੁਤ ਸੀ ਮੇਰੇ ਖਿਆਲ, ਆਸੇ ਪਾਸੇ ਸਾਰੇ ਇਲਾਕੇ ਨਾਲੋਂ ਜ਼ਿਆਦਾ ਅੰਬ ਇੱਥੇ ਸੀ। ਹਾਂ ਜੀ, ਕਿੰਨੇ ਕੰਮ ਸੀਗੇ? ਬਹੁਤ ਜ਼ਿਆਦਾ ਅੰਬ, ਜਿੰਨੇ ਕੁ ਝੂਠ ਬੋਲੋ ਉਹਨੇ। ਕਿਹੜੀ ਕਿਹੜੀ ਮਤਲਬ ਕਹਿ ਲਓ ਕਿਸਮ ਦੇ ਸੀਗੇ? ਦੇਸੀ ਅੰਬ ਸੀਗੇ, ਦੇਸੀ ਸਾਰੇ। ਠੀਕ, 10-10 ਗੱਡੇ ਵੀ ਜਲੰਧਰ ਨੂੰ ਨਿਕਲਦੇ ਸੀ ਅੰਬਾਂ ਦੇ ਉਸ ਵੇਲੇ। ਉਸ ਵੇਲੇ 10-10 ਗੱਡੀ ਗੱਡਿਆਂ ਦੇ ਮਾਲ ਨਿਕਲਦਾ। ਔਰ ਜਦੋਂ ਮੁਸਲਮਾਨ ਚੱਲ ਗਏ, ਜਿਹੜੇ ਬੰਦੇ ਇੱਥੇ ਆਏ ਉਹ ਕਿਹੜੇ ਆਏ, ਕਿੱਥੋਂ ਆਏ? ਉਹ ਫਿਰ ਪਿੱਪਲਾਂ ਵਾਲੇ ਤੋਂ ਆਏ, ਦਰਬਾਰ ਸਿੰਘ ਕਿਸ਼ਨ ਸਿੰਘ
ਮਤਲਬ ਧਾਮੀ ਜੱਟ ਆਏ ਧਾਮੀ ਜੱਟ ਆਏ ਪਿੱਪਣਾਲੇ ਤੋਂ ਪਿੱਪਣਾਲੇ ਤੋਂ ਇੱਥੋਂ ਆਏ ਤੇ ਮਿਹਰ ਸਿੰਘ ਦਾ ਇਹਨਾਂ ਦਾ ਜਾਇਦਾਦ ਦੇ ਉੱਤੇ ਸੀਗੇ ਉਹ ਅੱਛਾ ਧਾਮੀ ਡਗਾਣੀ ਉਹ ਵੀ ਧਾਮੀ ਆਏ ਇੱਥੇ ਉਹਨਾਂ ਨੂੰ ਜ਼ਮੀਨ ਮਿਲੀ ਉਹਨਾਂ ਨੂੰ ਜ਼ਮੀਨ ਮਿਲ ਗਈ ਅੰਬ ਫਿਰ ਉਹਨਾਂ ਨੇ ਕਟਵਾਏ ਅਤੇ ਉਸ ਫਿਰ ਪਹਿਲਾਂ ਲਾਹੌਰੀਏ ਆਏ ਸੀਗੇ ਲਾਹੌਰੀਏ ਸੰਧੂ ਹਾਂਜੀ ਉਹ ਸੀਗੇ ਬਲਦੇਵ ਸਿੰਘ ਉਹਨਾਂ ਨੂੰ ਜ਼ਮੀਨ ਪਹਿਲਾਂ ਕੱਚੀ ਅਲੋਟਮੈਂਟ ਹੋਈ ਹੋਣੀ ਆ ਪੱਕੀ ਹੋ ਗਈ ਸੀ ਉਹਨਾਂ ਨੂੰ ਪੱਕੀ ਹੋ ਗਈ ਸੀ ਉਹਨਾਂ ਨੂੰ ਜ਼ਮੀਨ ਜ਼ਿਆਦਾ ਪਈ ਸੀ ਜੀ ਉਹ ਆਏ ਹੋਣੇ ਆ ਕਿਤੇ ਵਧੀਆ ਜਗ੍ਹਾ ਤੋਂ ਕਸੂਰ ਵਗੈਰਾ ਤੋਂ ਕੇਸਰ ਸੀ ਉਹਦਾ ਕੇਸਰ ਸਿੰਘ ਦਲੀਪ ਸਿੰਘ ਵੀਰ ਸਿੰਘ ਅੱਛਾ ਜੀ ਉਹਨਾਂ ਦਾ ਫਿਰ ਦਿਲ ਨਹੀਂ ਲੱਗਾ ਇੱਥੇ ਉਹ ਜ਼ਮੀਨ ਵੇਚ ਕੇ ਸੀ ਚਲੇ ਇਹ ਜ਼ਮੀਨ ਇਹਨਾਂ ਨੇ ਖਰੀਦੀ ਪਿੱਪਣ ਵਾਲੀਆਂ ਨੇ ਨਹੀਂ ਇਹਨਾਂ ਨੂੰ ਬਾਹਰ ਦੀ ਪਈ ਹੋਊਗਾ ਇਹ ਬਾਹਰ ਦੀ ਪਈ ਹੋਊਗਾ ਉਹਨਾਂ ਦੀ ਜ਼ਮੀਨ ਕਿਹਨੇ ਖਰੀਦੀ ਉਹਨਾਂ ਦੀ ਜ਼ਮੀਨ ਦਾ ਪੋਤਾ ਨਹੀਂ ਪਿੱਪਣ ਵਾਲੀਆਂ ਨੇ ਵੀ ਖਰੀਦੀ ਥੋੜ੍ਹੀ ਅੱਛਾ ਜੀ ਹਰ ਗਲੀਆਂ ਨੂੰ ਬਹੁਤ ਖਰੀਦੀ ਤੇਜਾ ਸਾਹਮਣੇ ਅੱਛਾ ਮੁੜ ਕੇ ਉਹ ਕਿੱਥੇ ਗਏ ਮੁੜ ਕੇ ਨਹੀਂ ਆਏ ਕਦੀ ਉਹ ਇੱਧਰ ਕਦੇ ਚਲੇ ਗਏ ਅੱਛਾ 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 ਅਤੇ ਇਹ ਦੱਸੋ ਜੀ ਕਿ ਕਿੱਦਾਂ ਦਾ ਮੇਲ ਜੋਲ ਸੀਗਾ ਮੁਸਲਮਾਨਾਂ ਦਾ ਤੁਹਾਡੇ ਨਾਲ ਤੁਹਾਡੀ ਸੀ ਵਧੀਆ ਸੀ ਕੰਮ ਕਾਰ ਹੀ ਕਰਾਉਂਦੇ ਸੀ ਹੋਰ ਸਾਡੇ ਉਹਨੂੰ ਕੀ ਕਹਿਣਾ ਕਹਿੰਦੇ ਅੱਛਾ ਬੇਤਕਰਾ ਤਾਂ ਨਹੀਂ ਕਰਦੇ ਸੀ ਕੋਈ ਨਹੀਂ ਕਹਿੰਦੇ ਮਤਲਬ ਬੜਾ ਪਿਆਰ ਮੁਹੱਬਤ ਸੀਗਾ ਫਿਰ ਵੀ ਹਾਂਜੀ ਹਾਂਜੀ ਅਤੇ ਜਦੋਂ ਈਦ ਹੁੰਦੀ ਸੀਗੀ ਉਦੋਂ ਮਸਜਿਦ ਹੋਰ ਸੀ ਪਿੰਡ ਦੇ ਵਿੱਚ ਮਸਜਿਦ ਪਰ ਕਾਫੀ ਵੱਡੀ ਮਸਜਿਦ ਸੀ ਹੁਣ ਉਹ ਮਸਜਿਦ ਹੈਗੀ ਆ ਹੁਣ ਉਹ ਢਾਹ ਦਿੱਤੀ ਗਈ ਜਾਂ ਢਾਹ ਦਿੱਤੀ ਉਹ ਗੁਰਦੁਆਰਾ ਬਣਾ ਲਿਆ ਗੁਰਦੁਆਰਾ ਬਣ ਗਿਆ ਜਦੋਂ ਅੰਮ੍ਰਿਤਸਰੀ ਆਏ ਉਹਨਾਂ ਨੇ ਢਾਈ ਹੋਣੀ ਆ ਹੁਣ ਗੁਰਦੁਆਰਾ ਬਣ ਗਿਆ ਉੱਥੇ ਅਤੇ ਉੱਥੇ ਤੁਸੀਂ ਈਦ ਦੀਆਂ ਰੌਣਕਾਂ ਦੇਖੀਆਂ ਹਾਂਜੀ ਕਿੰਨੀ ਕੁ ਰੌਣਕ ਹੁੰਦੀ ਸੀ ਉੱਥੇ ਵਧੀਆ ਰੌਣਕ ਹੁੰਦੀ ਸੀ ਜ਼ਿਆਦਾ ਰੌਣਕ ਸਾਡੀ ਹੈ ਮੇਲੇ ਦੇ ਜ਼ਿਆਦਾ ਮੁਸਲਮਾਨਾਂ ਮਤਲਬ ਟੌਪ ਦੀ ਰੌਣਕ ਕਿੱਥੇ ਸੀ ਕਾਫੀ ਦੂਰ ਤੋਂ ਲੋਕ ਦੇਖਣ ਆਉਂਦੇ ਸੀ ਜਿੰਨੇ ਸਾਡੇ ਨੌਕਰੀ ਪੈਸੇ ਵਾਲੇ ਮੁਸਲਮਾਨ ਸੀਗੇ ਨਾ ਹਾਂਜੀ ਉਹਨਾਂ ਨੇ ਆਉਣਾ ਉਹ ਨਹੀਂ ਮੇਲੇ ਦੇ ਜ਼ਰੂਰ ਆਉਣਾ ਭਾਵੇਂ ਕਿਤੇ ਵੀ ਗਏ ਕੋਈ ਵੱਡੇ ਵੱਡੇ ਅਫਸਰ ਵੀ ਸੀਗੇ ਇਸ ਪਿੰਡ ਦੇ ਹਾਂਜੀ ਕੋਈ ਨਾਂ ਚੇਤੇ ਆ ਤੁਸੀਂ ਇਹ ਦੱਸੋ ਫਿਰ ਕਿ ਜਦੋਂ 47 'ਚ ਰੌਲੇ ਪਏ ਤੁਹਾਨੂੰ ਮਿਲ ਕੇ ਗਏ ਉਹ ਫਿਰ ਕਿੱਦਾਂ ਉਹਨਾਂ ਦਾ ਬਚਾਅ ਹੋਇਆ ਜਾਂ ਇੱਥੇ ਮਾਰੇ ਗਏ ਜਾਂ ਕਿੱਦਾਂ ਕੀ ਸਾਰੀ ਮਰਿਆ ਨਹੀਂ ਜੀ ਕੋਈ ਵੀ ਮਤਲਬ ਇੱਕ ਵਧੀਆ ਗੱਲ ਹੋਈ ਕਿ ਇਸ ਪਿੰਡ ਦੇ ਵਿੱਚ ਕੋਈ ਕਤਲ ਨਹੀਂ ਹੋਇਆ ਕੋਈ ਕਤਲ ਨਹੀਂ ਹੋਇਆ ਇੱਥੇ ਫਿਰ ਸਕਾਲਾਂ ਨੂੰ ਚਲੇ ਗਿਆ ਸ਼ੇਰਪੁਰ ਮੰਗੇ ਜੈਲਦਾਰ ਦੇ ਕੋਲ ਮੰਗਾ ਜੈਲਦਾਰ ਕੌਣ ਸੀਗਾ ਜੀ ਜੱਟੇ ਸੀ ਧਾਮੀ ਸੀ ਉਹ ਵੀ ਉਹਨੇ ਉਹਨਾਂ ਨੂੰ ਬਚਾ ਲਿਆ ਬਚਾ ਲਿਆ ਉਹਨੇ ਕਿਉਂ ਬਚਾਇਆ ਕੋਈ ਦੋਸਤੀ ਦੋਸਤੀ ਪਿਆਰ ਬਹੁਤ ਸੀ ਉਹਨਾਂ ਦਾ ਮਤਲਬ ਸਾਰਿਆਂ ਨਾਲ ਹੀ ਤਕਰੀਬਨ ਹਾਂਜੀ ਉਹਨੇ ਆਪਣੀ ਹਵੇਲੀ ਦੇ ਵਿੱਚ ਉਹ ਰੱਖ ਲਏ ਅਤੇ ਕੁਛ ਬੰਦੇ ਫਿਰ ਸਾਡੇ ਪਿੰਡ ਦਾ ਸੂਬੇਦਾਰ ਸੀਗਾ ਮਿਲਟਰੀ ਦੇ ਵਿੱਚ ਕੀ ਨਾਮ ਸੀ ਸਾਖ ਸੀ ਸਾਖ ਅੱਛਾ ਜੀ ਉਹ ਫਿਰ ਗੱਡੀਆਂ ਲੈ ਕੇ ਉੱਧਰੋਂ ਆ ਗਿਆ ਨਾਲ ਮਿਲਟਰੀ ਦੀਆਂ ਆਪਣੇ ਪਿੰਡ ਦਿਆਂ ਨੂੰ ਲੈਣ ਲਈ ਆਪਣੇ ਪਿੰਡ ਉਹ ਫਿਰ ਸਾਰਿਆਂ ਨੂੰ ਕੱਢ ਕੇ ਲੈ ਗਿਆ ਉਸ ਬੰਦੇ ਰਹਿ ਗਿਆ ਉਹ ਜਿਹੜੇ ਗਰੀਬ ਗੁਰਬੇ ਰਹਿ ਗਏ ਹੁਣ ਗਰੀਬ ਗੁਰਬੇ ਨਹੀਂ ਜਿਹੜੇ ਕੋਈ ਆਕੜ ਉੱਕੜ ਦੇ ਵਿੱਚ ਰਹਿ ਗਿਆ ਵੀ ਸਾਡਾ ਵੀ ਠੇਕੇਦਾਰ ਉਹ ਵੀ ਟਰੱਕ ਲੈ ਕੇ ਆਊਗਾ ਵੀ ਸਾਨੂੰ ਲਿਜਾਊਗਾ ਅੱਛਾ ਅਸਮਾਨ ਦੇ ਵਿੱਚ ਰਹਿ ਗਿਆ ਫਿਰ ਉਹਨਾਂ ਦਾ ਕੀ ਹੋਇਆ ਉਹਨਾਂ ਦਾ ਫਿਰ ਨਾਲ ਪਹਿਲਾਂ ਜਿੱਥੇ ਚਾਰਪੁਰ ਰਹਿ ਕੈਂਪ ਦੇ ਵਿੱਚ ਕਮਾਲਪੁਰ ਜਿਹੜਾ ਲੱਗਾ ਹਾਂਜੀ ਇੱਥੋਂ ਲੱਗ ਕੇ ਫਿਰ ਚੂੜ ਵਾਲੀ ਵੇਲੇ ਕੈਂਪ ਜਾ ਕੇ ਲੱਗਾ ਨਾ ਇੱਕ ਤਾਂ ਬਾਰਿਸ਼ ਬਹੁਤ ਪੈਂਦੀ ਸੀ ਠੀਕ ਦੁਬਾਰ ਨੂੰ ਪਾਣੀ ਵੀ ਘੱਟੇ ਮਿਲਦਾ ਸੀ ਖਾਣ ਨੂੰ ਬਿਲਕੁਲ ਬਿਲਕੁਲ ਉਹ ਤਾਂ ਵੀ ਦਿਨ ਬਹੁਤ ਔਖੇ ਸੀਗੇ ਉੱਥੇ ਮਹਿਸੂਸ ਕਰਦੇ ਹਾਂ ਕੰਪਨੀ ਛਿੜਦੀ ਆ ਹਾਂ ਉੱਥੇ ਫਿਰ ਮਰ ਗਿਆ ਮਰਿਆ ਮੈਨੂੰ ਇੱਕ ਬੰਦੇ ਨੇ ਦੱਸਿਆ ਹੋਰ ਜਿਹੜਾ ਕੁਛ ਕੈਂਪੇਜ ਦੀ ਲੰਘਿਆ ਸੀਗਾ ਉਹ ਕਹਿੰਦਾ ਵੀ ਐਂ ਇੱਕ ਪਾਸੇ ਦੱਬੀ ਜਾਂਦੇ ਸੀ ਕਬਰਾਂ ਬਣੀਆਂ ਸੀਗੀਆਂ ਬੰਦੇ ਮਰੀ ਜਾਂਦੇ ਸੀ ਬਿਮਾਰੀ ਫੈਲ ਗਈ ਸੀ ਅਤੇ ਬਾਕੀ ਸ਼ਾਮ 84 ਬਹੁਤ ਵੱਡ ਵਟਾਂਗਾ ਹੋਇਆ ਸ਼ਾਮ 84 ਤਾਂ ਬਹੁਤ ਹੋਇਆ ਜੀ ਅਤੇ ਉੱਥੇ ਤਾਂ ਫਿਰ ਖੂਹ ਹੀ ਭਰੇ ਆ ਇਹ ਤਾਂ ਹਾਂਜੀ ਬਿਲਕੁਲ ਬਿਲਕੁਲ ਸ਼ਾਮ 84 ਤਾਂ ਸਾਡੇ ਲਾਗੇ ਪਡੋਰੀ ਮਿੰਡੋ ਮਿੰਡ ਪਡੋਰੀ ਉਹਨੂੰ ਉੱਥੇ ਵੀ ਕਤਲ ਹੋਇਆ ਉੱਥੇ ਵੀ ਇੱਕ ਬਹੁਤ ਵੱਡਾ ਬੰਦਾ ਸੀਗਾ ਉਹ ਦੌੜ ਕੇ ਬਚ ਗਿਆ ਦੱਸਦੇ ਹਾਂਜੀ ਇੱਕ ਤਾਂ ਬਨੇਰੇ 'ਤੇ ਰੱਖ ਕੇ ਸਿਰ ਵੱਡਿਆ ਉੱਥੇ ਵੀ ਮੈਂ ਜਾ ਆਇਆ ਅੱਛਾ ਮੈਂ ਜਾ ਆਇਆ ਉੱਥੇ ਦੇ ਬਜ਼ੁਰਗਾਂ ਨੂੰ ਮਿਲਿਆ ਅੱਛਾ ਅੱਛਾ ਚਲੋ ਐਂ ਮੈਂ ਮਹਿਸੂਸ ਕਰਦਾ ਜੀ ਕਿ ਤੁਸੀਂ ਇੰਨੀਆਂ ਯਾਦਾਂ ਸਾਂਭ ਕੇ ਰੱਖੀਆਂ ਆ ਹਾਂਜੀ ਕੋਈ ਮੁੜ ਕੇ ਆਇਆ ਮੁੜ ਕੇ ਇੱਕ ਵਾਰੀ ਬਸ ਦੌਲੀ ਦਾ ਦੋਤਾ ਵੀ ਆਇਆ ਮੁੜ ਕੇ ਦੌਲੀ ਕੌਣ ਸੀਗੀ ਜੀ ਦੌਲੀ ਇੱਥੇ ਪਿੰਡ ਦੀ ਉਹ ਜਿਹੜਾ ਅਫਸਰ ਸੀ ਨਾ ਟੇਲਰ ਮਾਸਟਰ ਉਹਦੀ ਘਰ ਵਾਲੀ ਸੀਗੀ ਜਿਹੜੀ ਆ ਕਬਰ ਉਹਦੀ ਆ ਇਹ ਦੌਲੀ ਦੀ ਕਬਰ ਆ ਹਾਂਜੀ ਉਸ ਔਰਤ ਦੀ ਹਾਂਜੀ ਉਹਦਾ ਦੋਤਾ ਆਇਆ ਉਹਦਾ ਦੋਤਾ ਆਇਆ ਕਿੰਨੇ ਕੁ ਸਾਲਾਂ ਬਾਅਦ ਆਇਆ ਉਹ ਕਾਫੀ ਸਾਲਾਂ ਬਾਅਦ ਆਇਆ ਹਾਂ ਕਾਫੀ ਦਿਨ ਰਿਹਾ ਪਿੰਡ ਉਹਦੇ ਨਾਲ ਇੱਥੇ ਮੁੰਡਾ ਸੀਗਾ ਇੱਕ ਪਥਿਆਲ ਦਾ ਅੱਛਾ ਜੀ ਕੋਟੇ ਦੇ ਵਿੱਚ ਪਤਾ ਨਹੀਂ ਕਿਤੇ ਨੌਕਰੀ ਉਹ ਕਰਦਾ ਸੀ ਬੰਬੇ ਪਤਾ ਨਹੀਂ ਕਰਦਾ ਸੀ ਇੱਦਾਂ ਸੀ ਅੱਛਾ ਉਹਨਾਂ ਨਾਲ ਲਿੰਕ ਹੋਇਆ ਉਹਦੇ ਨਾਲ ਲਿੰਕ ਹੋਇਆ ਤਾਂ ਉਹ ਫਿਰ ਲੈ ਕੇ ਆਇਆ ਅੱਛਾ ਚਲੋ ਐਂ ਦੱਸੋ ਇੱਕ ਤੁਹਾਨੂੰ ਬੜਾ ਇੱਕ ਨਿੱਕਾ ਜਿਹਾ ਸਵਾਲ ਪੁੱਛਦਾ ਕਿ ਜਿਹੜੇ ਗਏ ਉਹ ਚੰਗੇ ਸੀ ਜਿਹੜੇ ਆਏ ਉਹ ਚੰਗੇ ਆ ਸਾਨੂੰ ਦੋਨੋਂ ਚੰਗੇ ਆ ਨਹੀਂ ਫਿਰ ਵੀ ਉਸ ਵੇਲੇ ਸਾਡੇ ਤੇ ਹਕੂਮਤ ਜ਼ਿਆਦਾ ਸੀ ਉਹਨਾਂ ਦੀ ਜ਼ਿਆਦਾ ਸੀ
ਇਹਨਾਂ ਦੀ ਵਿਚਾਰਿਆਂ ਦੀ ਕੋਈ ਹਕੂਮਤ ਨਹੀਂ, ਘੱਟ ਨਹੀਂ ਹੈਗੀ, ਸਮੇਂ ਚੇਂਜ ਹੋ ਗਿਆ। ਹਾਂਜੀ ਸਮੇਂ ਚੇਂਜ ਹੋ ਗਿਆ, ਹੁਣ ਜੇ ਦਿਹਾੜੀ ਦੇ ਕੇ ਕੰਮ ਕਰਨਾ ਕਰੇ ਨਹੀਂ ਕਰਨਾ ਨਾ ਕਰੇ, ਕੋਈ ਜ਼ੋਰ ਜ਼ਬਰਦਸਤੀ ਨਹੀਂ ਹੈਗੀ। ਤੁਸੀਂ ਮੈਨੂੰ ਇਹ ਦੱਸਿਓ ਕਿ ਇਸ ਜਗ੍ਹਾ ਦੀਆਂ ਤੁਸੀਂ ਰੌਣਕਾਂ ਦੇਖੀਆਂ, ਹਾਂਜੀ ਕਿਹੜੇ ਕਿਹੜੇ ਲੋਕ ਹੋਰ ਪਿੰਡਾਂ ਦੇ ਜੱਟ ਸਾਰੇ ਆਉਂਦੇ ਸੀ ਦੇਖਣ ਆਉਂਦੇ ਸੀ, ਧੁੱਬੇ ਹੋਏ ਹਰ ਗੜ੍ਹ ਹੋਇਆ, ਤੁਸੀਂ ਇੱਥੇ ਸੇਵਾ ਕਰਦੇ ਹੋ? ਹਾਂਜੀ ਹਾਂਜੀ। ਕਦੀ ਇਕੱਲੇ ਬਹਿ ਕੇ ਇਕੱਲੇ ਬੈਠਿਆਂ ਉਹ ਬਚਪਨ ਦੇ ਦਿਨ ਯਾਦ ਆਉਂਦੇ ਆ? ਆਉਂਦੇ ਰਹਿੰਦੇ ਆ ਜੀ। ਹਾਂਜੀ ਤੁਸੀਂ ਉਦੋਂ ਆਮ ਜਿਹੇ ਬੱਚੇ ਸੀ, ਤੁਸੀਂ ਕਦੀ ਉਦੋਂ ਸੋਚ ਸਕਦੇ ਸੀ ਕਿ ਇੱਕ ਦਿਨ ਆਹ ਸਾਰੀਆਂ ਚਾਬੀਆਂ ਮੇਰੇ ਕੋਲ ਹੋਣਗੀਆਂ? ਨਾ ਜੀ, ਸੁਪਨਾ ਵੀ ਨਹੀਂ ਲੈ ਸਕਦੇ ਸੀ। ਮੇਰਾ ਖਿਆਲ ਤੁਸੀਂ ਜਗ੍ਹਾ ਦੇ ਵਿੱਚ ਅੰਦਰ ਤੱਕ ਮੱਥਾ ਟੇਕਣ ਦੀ ਤੁਹਾਨੂੰ ਇਜਾਜ਼ਤ ਸੀਗੀ? ਉਹ ਤਾਂ ਰਾਤ ਸੀਗੀ, ਪਰ ਤੁਸੀਂ ਇਹ ਕਦੀ ਸੁਪਨੇ 'ਚ ਵੀ ਨਹੀਂ ਸੋਚ ਸਕਦੇ ਸੀ ਵੀ ਇਸ ਜਗ੍ਹਾ ਦੇ ਵਿੱਚ ਕਦੀ ਮੈਂ ਹੀ ਇਹਦਾ ਇੰਚਾਰਜ ਹੋਊਂਗਾ? ਇੰਨਾ ਯੁੱਗ ਪਲਟਦਾ ਤੁਸੀਂ ਦੇਖ ਲਿਆ? ਹਾਂਜੀ ਹਾਂਜੀ। ਵਾਹ ਜੀ ਵਾਹ, ਇਹ ਸਮੇਂ ਨੇ ਨਾ ਆਪਣੇ ਅੰਦਰ ਕੀ ਲੁਕੋਇਆ ਹੁੰਦਾ ਬਜ਼ੁਰਗ ਉਹ ਪਤਾ ਨਹੀਂ ਹੁੰਦਾ। ਚਲੋ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਅੱਜ ਚੱਕੋਵਾਲ ਸ਼ੇਖਾਂ ਪਿੰਡ ਦੇ ਬਾਰੇ ਮੈਨੂੰ ਦੱਸਿਆ, ਅਤੇ ਮੇਰੀ ਬੜੀ ਤਮੰਨਾ ਸੀਗੀ। ਅਤੇ ਚਲੋ ਜੀ, ਪਰਮਾਤਮਾ ਤੁਹਾਨੂੰ ਐਨ ਤੰਦਰੁਸਤ ਰੱਖੇ, ਕਿਤੇ ਫਿਰ ਮਿਲਾਂਗੇ ਜੀ। ਓਕੇ, ਹਾਂਜੀ ਪ੍ਰਸ਼ਾਦ ਦਿਓ ਜੀ। ਵਾਹ ਜੀ, ਸਮੇਂ ਸਮੇਂ ਦੀਆਂ ਗੱਲਾਂ ਜੀ। ਜਿਹੜੇ ਮੇਰੇ ਵੀਰ ਚੱਕੋਵਾਲ ਸ਼ੇਖਾਂ ਨਾਲ ਸੰਬੰਧਿਤ ਆ ਜੀ, ਤੁਸੀਂ ਦੇ ਦਿਓ, ਉਹ ਅੱਜ ਇਸ ਵੀਡੀਓ ਨੂੰ ਦੇਖ ਕੇ ਪਤਾ ਨਹੀਂ ਰੋਏ ਹੋਣਗੇ ਕਿ ਖੁਸ਼ ਹੋਏ ਹੋਣਗੇ।